चंडीगढ़ पाए पढ़ने गई तेरे नाले अखियां बटाइया तेरे उत्तों मीं दी तरह असी नोटा दियां हथियां उड़ाइया तेरे नालों मैं भी खटनी मैं भी खटनी मैं भी खटनी ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਅੰਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ ਦਰਸ਼ਕੋ ਸ਼ੋਅ ਵਿੱਚ ਅੱਜ ਜਿਸ ਕਲਾਕਾਰ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨੇ ਪਹਿਲੇ ਇੰਡੀਅਨ ਕਲਾਕਾਰ ਜਿਨ੍ਹਾਂ ਨੇ ਪਾਕਿਸਤਾਨੀ ਟੀਵੀ ਤੇ ਪਰਫਾਰਮ ਕੀਤਾ ਤੇ ਉਹਨਾਂ ਨੂੰ ਮੇਲਿਆਂ ਦੇ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਹਾਂ ਦਰਸ਼ਕੋ ਮੈਂ ਗੱਲ ਕਰ ਰਹੀ ਹਾਂ ਦਲਵਿੰਦਰ ਦਿਆਲਪੁਰੀ ਜੀ ਦੀ ਦਲਵਿੰਦਰ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸ਼ੋਅ ਵਿੱਚ ਸਤਿ ਸ਼੍ਰੀ ਅਕਾਲ ਅਮਰਤਾ ਜੀ ਕੀ ਹਾਲ ਚਾਲ ਹੈ ਫਸਟ ਕਲਾਸ ਹੈ ਟੀਵੀ ਮੋਰੇ ਬੈਠ ਰਹੇ ਜਿੰਨੇ ਵੀ ਸਾਰੇ ਸਕਰੀਨ ਦੇਖ ਰਹੇ ਨੇ ਇਹ ਟੈਲੀ ਦੇਖ ਰਹੇ ਨੇ ਮੇਰੇ ਵੱਲੋਂ ਦਲਵਿੰਦਰ ਦਿਆਲਪੁਰੀ ਵੱਲੋਂ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਰ ਸ਼ੁਰੂਆਤ ਕਰਦੇ ਹਾਂ ਸਿਲਸਿਲਾ ਗੱਲਾਂ ਬਾਤਾਂ ਦਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਫੈਮਿਲੀ 'ਚ ਕੌਣ ਕੌਣ ਹੈ ਇਹ ਬਹੁਤ ਵਧੀਆ ਸਵਾਲ ਕੀਤਾ ਅਮਰਤਾ ਜੀ ਮੈਂ ਚਾਹੁੰਦਾ ਸੀ ਕਿ ਅੱਜ ਮੈਨੂੰ ਤੁਸੀਂ ਇਹ ਸਵਾਲ ਜ਼ਰੂਰ ਕਰੋ ਇਹ ਕਿਉਂਕਿ ਇਹ ਮੇਰਾ ਪਿੰਡ ਜਲੰਧਰ ਦੇ ਲਾਗੇ ਕਰਤਾਰਪੁਰ ਕਰਤਾਰਪੁਰ ਦੇ ਲਾਗੇ ਪਿੰਡ ਹੈ ਦਿਆਲਪੁਰ ਮੈਂ ਇਹ ਦੱਸਣਾ ਇਹ ਤੁਹਾਡੀ ਮੀਡੀਅਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜਾ ਕੁਰਕਸ਼ੇਤਰ ਲਾਗੇ ਦਿਆਲਪੁਰ ਉਹ ਵੀ ਮੇਰਾ ਆਪਣਾ ਹੈ ਅਤੇ ਜਿਹੜਾ ਬਠਿੰਡੇ ਲਾਗੇ ਦਿਆਲਪੁਰ ਉਹ ਵੀ ਮੇਰਾ ਆਪਣਾ ਅਤੇ ਜਿਹੜਾ ਪੱਟੀ ਦੇ ਲਾਗੇ ਦਿਆਲਪੁਰ ਉਹ ਵੀ ਮੇਰਾ ਆਪਣਾ ਅਤੇ ਜਿਹੜਾ ਫਲੌਰ ਦੇ ਲਾਗੇ ਦਿਆਲਪੁਰ ਉਹ ਵੀ ਮੇਰਾ ਆਪਣਾ ਪਰ ਜਿੱਥੇ ਪਰਮਾਤਮਾ ਨੇ ਮੈਨੂੰ ਭੇਜਿਆ ਉਹ ਹੈ ਜਲੰਧਰ ਤੋਂ ਅੰਮ੍ਰਿਤਸਰ ਰੋਡ ਨੂੰ ਜਾਂਦਿਆਂ ਰਸਤੇ 'ਚ ਕਰਤਾਰਪੁਰ ਕਰਤਾਰਪੁਰ ਦੇ ਲਾਗੇ ਦਿਆਲਪੁਰ ਉਹ ਪਿੰਡ ਹੈ ਜੀ ਮੇਰਾ ਤੁਹਾਡੀ ਫੈਮਿਲੀ 'ਚ ਕੌਣ ਕੌਣ ਮੇਰੇ ਫਾਦਰ ਸਾਹਿਬ ਸੂਬੇਦਾਰ ਕਰਨੈਲ ਸਿੰਘ ਜੀ ਮੇਰੇ ਮੰਮੀ ਸੁਰਿੰਦਰ ਕੌਰ ਜੀ ਔਰ ਮੇਰੀ ਵਾਈਫ ਇਸ ਵੇਲੇ ਮੈਂਬਰ ਪੰਚਾਇਤ ਜਸਵਿੰਦਰ ਕੌਰ ਮੇਰਾ ਬੇਟਾ ਹਰਸਿਮਰਨਜੀਤ ਸਿੰਘ ਮੇਰੀ ਬੇਟੀ ਆਕਾਸ਼ਦੀਪ ਕੌਰ ਛੋਟਾ ਬੇਟਾ ਹਰਮਨਜੋਤ ਸਿੰਘ ਜੀ ਤੁਹਾਡੀ ਫੈਮਿਲੀ 'ਚੋਂ ਵੀ ਕੋਈ ਹੈ ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਵਿੱਚ ਆਏ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਮੇਰੇ ਚਾਚਾ ਜੀ ਢਾਡੀ ਸਨ ਸਾਡੇ ਕਰਤਾਰਪੁਰ ਹਰੇਕ ਸਾਲ ਮੱਸਿਆਂ 'ਚੌਦੇ ਲੱਗਦੀ ਸੀਗੀ ਉਹਨਾਂ ਦੇ ਨਾਲ ਜਾਣਾ ਔਰ ਢਾਡੀਆਂ ਨੂੰ ਔਰ ਜਿਹੜੇ ਕਵੀਸ਼ਰ ਉਹਨਾਂ ਨੂੰ ਫਾਲੋ ਕਰਨਾ ਬਸ ਫੈਮਿਲੀ ਦੇ ਨਹੀਂ ਸੀਗਾ ਪਰ ਮੈਂ ਜ਼ਿਆਦਾ ਲੋਕਾਂ ਨੂੰ ਫਾਲੋ ਕੀਤਾ ਤੁਹਾਨੂੰ ਸ਼ੌਂਕ ਕਿਵੇਂ ਪੈਦਾ ਹੋਇਆ ਗਾਉਣ ਦਾ ਕੁਦਰਤੀ ਤੌਰ 'ਤੇ ਜੀ ਕਦੋਂ ਤੋਂ ਗਾ ਰਹੇ ਤੁਸੀਂ ਮੈਂ ਬਚਪਨ ਤੋਂ ਹੀ ਜਦੋਂ ਸਾਡੇ ਪਿੰਡਾਂ ਵਿੱਚ ਮੱਝਾਂ ਚਾਰਦੀਆਂ ਔਰ ਮੱਝਾਂ ਦੇ ਉਹ ਚੱਗਦੀਆਂ ਰਹਿਣੀਆਂ ਅਸੀਂ ਗਾਉਂਦੇ ਰਹਿਣਾ ਆਪਣੇ ਖੂਹਾਂ ਦੇ ਵਿੱਚ ਖੂਹ ਦੇ ਥੱਲੇ ਉੱਤਰ ਕੇ ਗਾਉਂਦੇ ਰਹਿਣਾ ਉਦੋਂ ਕੋਈ ਇਕੋ ਸਿਸਟਮ ਨਹੀਂ ਹੁੰਦਾ ਸੀ ਖੂਹ ਦੀ ਇਕੋ ਸਿਸਟਮ ਬਣਾਉਣੀ ਅਤੇ ਉਹਨੂੰ ਹੀ ਆਪਣੇ ਆਪ ਰਿਵਰਬ ਦੇਣਾ ਉਹਦੀ ਮਾਸਟਰਿੰਗ ਕਰਨੀ ਆਪਣੇ ਆਪ ਨੂੰ 2000 ਪੌੜੀ ਥੱਲੇ ਉੱਤਰ ਕੇ 2000 ਪੌੜੀਆਂ ਤਾਂ ਚੜ੍ਹ ਕੇ ਇਹ ਸ਼ੁਰੂ ਤੋਂ ਬਚਪਨ ਤੋਂ ਗਾਉਂਦੇ ਰਹੇ ਜੀ ਤੁਸੀਂ 14 ਕੁ ਸਾਲ ਪਹਿਲੇ ਇੱਕ ਗਾਣਾ ਦਿੱਤਾ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮੀਡੀਆ ਨੇ ਆਦੋ ਹਾਲੀ ਤੱਕ ਉਹ ਅੱਜ ਦਾ ਯੂਥ ਵੀ ਪਸੰਦ ਕਰ ਰਿਹਾ ਬਹੁਤ ਹੀ ਜ਼ਿਆਦਾ ਉਹ ਗਾਣਾ ਇੱਕ ਵਾਰੀ ਸਾਡੇ ਦਰਸ਼ਕਾਂ ਲਈ ਗਾ ਦਿਓ ਪਲੀਜ਼ ਜੀ ਇਹ ਜਿਹੜਾ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਪਲੱਸ ਰਾਹੀਂ ਕਿ ਇਹ ਮੇਰਾ ਆਪਣਾ ਗੀਤ ਨਹੀਂ ਸੀਗੀ ਇਹ ਲੋਕਾਂ ਨੇ ਲੋਕ ਗੀਤ ਬਣਾ ਦਿੱਤਾ ਉਹ ਗੀਤ ਸੀਗਾ ਕਿ ਮਿਰਜੇ ਦੇ ਵਾਂਗੂ ਮੈਂ ਨੀ ਸੋਣਾ ਜੰਡ ਥੱਲੇ ਜੱਗੇ ਜੱਟ ਵਾਂਗੂ ਨੀ ਕਰਾਉਣੀ ਬੱਲੇ ਬੱਲੇ ਮੇਰੇ ਨਾਲ ਜੇ ਕਰੇਗੀ ਹੇਰਾ ਫੇਰੀਆਂ ਮੈਂ ਲਾਉਣੀਆਂ ਨੀ ਦੇਰੀਆਂ ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ ਇਹ ਗੀਤ ਅਸੀਂ ਕੱਢਿਆ ਪਰ ਲੋਕਾਂ ਨੇ ਇਹਦੀਆਂ ਨੇਰੀਆਂ ਲਿਆਤੀਆਂ ਜੀ ਬਿਲਕੁਲ ਅੱਜ ਵੀ ਡੀਜੇ ਤੇ ਇਹ ਸੌਂਗ ਬਹੁਤ ਚੱਲਦਾ ਇਹ ਲੋਕਾਂ ਦੀ ਆਸਾਨ ਫੰਦ ਨਹੀਂ ਮੈਂ ਉਹਨਾਂ ਦਾ ਜੀ ਬਿਲਕੁਲ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਦਾ ਪੰਜਾਬੀ ਸੰਗੀਤ ਦਾ ਦੌਰ ਚੱਲ ਰਿਹਾ ਤੇ ਜਿਹੜਾ ਪਹਿਲੇ ਦਾ ਸੀਗਾ ਕਿੰਨਾ ਕੁ ਫਰਕ ਹੈ ਜਿਹੜਾ ਪਹਿਲਾਂ ਸੀ ਜੀ ਉਹ ਤਾਂ ਬਹੁਤ ਵਧੀਆ ਸੀ ਜੀ ਉਹ ਰਿਕਾਰਡ ਆਉਣੇ ਹਾਂਜੀ ਉਸ ਤੋਂ ਬਾਅਦ ਰੀਲਾਂ ਆਉਣੀਆਂ ਜਿਹਨੂੰ ਅਸੀਂ ਟੇਪ ਕਹਿੰਦੇ ਹਾਂ ਉਸ ਤੋਂ ਬਾਅਦ ਸੀਡੀਆਂ ਆਉਣੀਆਂ ਹੁਣ ਅੱਜ ਕੱਲ੍ਹ ਜਿਹੜਾ ਨਿੱਕੀ ਜਿਹੀ ਪਿੰਨ ਡਰਾਈਵ ਹੈ ਇਹ ਸਾਡੀ ਸਾਰੇ ਮਿਊਜ਼ਿਕ ਇੰਡਸਟਰੀ ਵਾਸਤੇ ਨਿੱਕੀ ਜਿਹੀ ਪਿੰਨ ਡਰਾਈਵ ਪਰਮਾਣੂ ਬੰਬ ਦਾ ਕੰਮ ਕਰ ਰਹੀ ਹੈ ਜੀ ਯੂਟਿਊਬ 'ਤੇ ਫੇਸਬੁੱਕ 'ਤੇ ਕਿਸੇ ਵੀ ਉਹ ਮੈਂ ਉਹ ਵੈਬਸਾਈਟਾਂ ਦਾ ਨਾਂ ਨਹੀਂ ਲੈਣਾ ਉੱਥੇ ਗੀਤ ਪਹੁੰਚ ਤਾਂ ਸਾਰੀ ਦੁਨੀਆਂ 'ਚ ਜਾਂਦਾ ਪਰ ਕੰਪਨੀ ਨੂੰ ਸਿੰਗਰ ਨੂੰ ਮਿਊਜ਼ਿਕ ਡਾਇਰੈਕਟਰ ਨੂੰ ਔਰ ਗੀਤਕਾਰ ਨੂੰ ਉਹਦਾ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਅਤੇ ਉਹ ਸਿਰਫ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਉਹ ਗੀਤ ਦੀ ਪ੍ਰਮੋਸ਼ਨ ਕਰਨ ਵਿੱਚ ਤਾਂ ਕੋਈ ਕਸਰ ਨਹੀਂ ਛੱਡਦੇ ਪਰ ਗੀਤ ਦੀ ਮੌਤ ਵੀ ਜਲਦੀ ਹੋ ਜਾਂਦੀ ਹੈ ਤੁਸੀਂ ਜਿੱਦਾਂ ਗੱਲ ਕੀਤੀ ਕਿ ਅੱਜ ਕੱਲ੍ਹ ਫੇਸਬੁੱਕ ਸੋਸ਼ਲ ਮੀਡੀਆ ਯੂਟਿਊਬ ਇਹਨਾਂ 'ਤੇ ਸੌਂਗਸ ਬਹੁਤ ਜਲਦੀ ਆ ਜਾਂਦੇ ਤੁਹਾਨੂੰ ਕੀ ਲੱਗਦਾ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸੋਸ਼ਲ ਮੀਡੀਆ ਬਹੁਤ ਅੱਛਾ ਵਧੀਆ ਕੰਮ ਕਰ ਰਿਹਾ ਹੈਲਪਫੁਲ ਹੈ ਜਾਂ ਇਹਦੇ ਕੋਈ ਸਾਈਡ ਇਫੈਕਟਸ ਵੀ ਨੇ ਸਾਈਡ ਇਫੈਕਟਸ ਤਾਂ ਇਹੀ ਹੈ ਕਿ ਪਹਿਲਾਂ ਆਪਾਂ ਨੁਕਸਾਨ ਹੀ ਦੇਖਦੇ ਹਾਂ ਕਿ ਸਾਈਡ ਇਫੈਕਟ ਇਹ ਹੈ ਕਿ ਬਹੁਤ ਜਲਦੀ ਇਹਦੀ ਛੇਤੀ ਮੌਤ ਹੋ ਜਾਂਦੀ ਆ ਜਿੱਥੇ ਗੀਤਕਾਰ ਨੇ ਬੜੇ ਦਿਨ ਰਾਤ ਲਾ ਕੇ ਗੀਤ ਲਿਖਿਆ ਹੁੰਦਾ ਮਿਊਜ਼ਿਕ ਡਾਇਰੈਕਟਰ ਨੇ ਬੜਾ ਮਿਹਨਤ ਦੇ ਨਾਲ ਮਿਊਜ਼ਿਕ ਕੀਤਾ ਹੁੰਦਾ ਸਿੰਗਰ ਨੇ ਕੰਪੋਜੀਸ਼ਨ ਕੀਤੀ ਹੁੰਦੀ ਆਪਣਾ ਦਿਲ ਦਾਲ ਆਪਣੀ ਜਾਨ ਦਾਅ 'ਤੇ ਲਾ ਦਿੰਦਾ ਲੋਕਾਂ ਤੱਕ ਪਹੁੰਚਣ ਵਾਸਤੇ ਪਰ ਉਹ 3 ਕੁ ਦਿਨ ਉੱਥੇ ਚੱਲਦਾ ਗੀਤ
YouTube ਤੇ Facebook ਤੇ ਉਸ ਤੋਂ ਬਾਅਦ ਲੋਕੀ ਹੌਲੀ ਹੌਲੀ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਚੌਥੇ ਦਿਨ ਪੰਜਵੇਂ ਦਿਨ ਤੇ ਉਹ ਨਵੇਂ ਲੋਕੀ ਲਾਈਨ ਚ ਲੱਗ ਜਾਂਦੇ ਨੇ ਪਰ ਉਦੋਂ ਜਦੋਂ ਪਹਿਲਾਂ ਸੀ ਉਦੋਂ ਰਸ਼ ਵੀ ਘੱਟ ਸੀਗਾ ਤੇ ਹੁਣ ਤਾਂ ਕੁਦਰਤੀ ਤੌਰ ਤੇ ਹਰੇਕ ਕੰਮ ਚ ਕੰਪੀਟੀਸ਼ਨ ਹੈ ਕੋਈ ਵੀ ਇਵੈਂਟ ਲੈ ਲਈਏ ਕੋਈ ਵੀ ਬਿਜ਼ਨਸ ਲੈ ਲਈਏ ਕੋਈ ਸਾਰੇ ਵਿੱਚ ਕੰਪੀਟੀਸ਼ਨ ਹੈ ਪਰ ਸਾਡੇ ਇਸ ਇਹਦੇ ਵਿੱਚ ਜ਼ਿਆਦਾ ਕੰਪੀਟੀਸ਼ਨ ਲੋਕੀ ਚਾਹੁੰਦੇ ਆ ਕਿ ਅਸੀਂ ਦਿਨੋ ਰਾਤ ਦਿਨੋ ਦਿਨ ਹੀ ਸਟਾਰ ਬਣੀਏ ਪਰ ਉਹ ਫਿਰ ਲੋਕੀ ਕੁਛ ਦਿਨ ਆਣ ਕੇ ਬੁਖਾਰ ਦੇ ਵਿੱਚ ਜਿੰਨਾ ਕੁ ਆਪਾਂ ਥਰਮਾਮੀਟਰ ਮੂੰਹ 'ਚ ਪਾਉਂਦੇ ਹਾਂ ਉਹ ਉਹਨਾਂ ਕੁ ਟੈਂਪਰੇਚਰ ਹਾਈ ਹੁੰਦਾ ਬਾਅਦ 'ਚ ਫਿਰ ਡਾਊਨ ਹੋ ਜਾਂਦਾ ਜੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਜੌਬ ਵੀ ਕਰਦੇ ਹੋ ਤੁਸੀਂ ਗਵਰਨਮੈਂਟ ਜੌਬ ਵੀ ਕਰਦੇ ਹੋ ਤਾਂ ਇਹ ਤਾਂ ਮੈਂ ਬੱਚਿਆ ਫਿਰਦਾ ਜੀ ਹਾਂਜੀ ਬਿਲਕੁਲ ਤੁਹਾਡੇ ਲਈ ਕਿੰਨਾ ਕੁ ਔਖਾ ਸੀਗਾ ਜੌਬ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਰੱਖੀ ਰੱਖਣਾ ਮੈਂ ਪੰਜਾਬ ਸਰਕਾਰ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਐਨਓਸੀ ਦਿੱਤੀ ਹੋਈ ਸੀ ਅੱਛਾ ਜੀ ਨੋ ਆਬਜੈਕਸ਼ਨ ਸਰਟੀਫਿਕੇਟ ਮੇਰੇ ਕੋਲ ਸੀਗਾ ਫਿਰ ਮੇਰੀ ਜੌਬ ਵੀ ਇੱਕ ਇਦਾਂ ਦੀ ਸੀ ਕਿ ਡੀਪੀਆਰ ਆਫਿਸ ਕਪੂਰਥਲਾ ਪੰਜਾਬ ਸਰਕਾਰ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਉਹਦੇ 'ਚ ਮੇਰੀ ਆਰਟਿਸਟ ਦੀ ਜੋਬ ਸੀਗੀ ਜਿੱਥੇ ਵੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਈ ਵੀ ਸਮੇਂ ਦਾ ਹੋਵੇ ਅਤੇ ਮਾਨਯੋਗ ਰਾਸ਼ਟਰਪਤੀ ਸਾਹਿਬ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਜਾਣਾ ਅਤੇ ਉਹਨਾਂ ਸਰਕਾਰੀ ਸਟੇਜਾਂ 'ਤੇ ਦਲਵਿੰਦਰ ਦਿਆਲਪੁਰੀ ਦੱਸਦਾ ਸੀਗਾ ਉਹ ਮੈਨੂੰ ਬਾਹਲੀ ਸੋਸ਼ਲ ਮੀਡੀਆ ਦੀ ਬਾਹਲੀ ਲੋੜ ਨਹੀਂ ਪਈ ਬਾਹਲੇ ਗਾਣਿਆਂ ਦੀ ਮੈਨੂੰ ਲੋੜ ਨਹੀਂ ਪਈ ਬਾਹਲੇ ਚੈਨਲਾਂ ਦੀ ਮੈਨੂੰ ਲੋੜ ਨਹੀਂ ਪਈ ਪਰ ਸਮੇਂ ਮੁਤਾਬਕ ਜੋ ਵੀ ਮੈਨੂੰ ਲੋਕਾਂ ਦੇ ਰੂਬਰੂ ਹੋਣਾ ਪਿਆ ਅਤੇ ਮੈਂ ਲੋਕਾਂ ਦੇ ਸਨਮੁੱਖ ਹੁੰਦਾ ਰਿਹਾ ਵੱਖ ਵੱਖ ਚੈਨਲਾਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਪਰ ਜਿੱਥੇ ਉੱਥੇ ਲਾਈਵ ਆਡੀਅੰਸ ਦੇ ਵਿੱਚ ਗਾਉਣਾ ਉੱਥੇ ਮੇਰੇ ਆਪਣੇ ਰਿਲੇਸ਼ਨ ਆਪਣਾ ਨੈਟਵਰਕ ਬਣ ਜਾਣਾ ਲੋਕਾਂ ਨੇ ਉਹੀ ਲੋਕ ਮੈਨੂੰ ਸਾਰੇ ਪੰਜਾਬ ਪੁਲਿਸ ਦੇ ਫੰਕਸ਼ਨ ਦਲਵਿੰਦਰ ਦਿਆਲਪੁਰੀ ਕੋਲ ਸਾਰੇ ਸਿਆਸੀ ਫੰਕਸ਼ਨ ਦਲਵਿੰਦਰ ਦਿਆਲਪੁਰੀ ਕੋਲ ਸਾਰੇ ਮੇਲੇ ਦਲਵਿੰਦਰ ਦਿਆਲਪੁਰੀ ਕੋਲ ਇਹ ਕੁਦਰਤ ਦੀ ਕਿਰਪਾ ਹੈ ਜੀ ਤੁਸੀਂ ਫੋਰਨ ਕੰਟਰੀਜ਼ ਵਿੱਚ ਵੀ ਜਾ ਕੇ ਬਹੁਤ ਸਾਰੇ ਪਰਫਾਰਮੈਂਸਿਸ ਦਿੱਤੀਆਂ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਬਾਹਰਲੀ ਆਡੀਅੰਸ ਤੇ ਇੰਡੀਅਨ ਆਡੀਅੰਸ ਵਿੱਚ ਅਮਰਤਾ ਜੀ ਉੱਥੇ ਦੀ ਡਿਫਰੈਂਟ ਆਡੀਅੰਸ ਹੈ ਇੱਥੇ ਦੀ ਡਿਫਰੈਂਟ ਆਡੀਅੰਸ ਹੈ ਉੱਥੇ ਸੈਚਰਡੇ ਸੰਡੇ ਫਰੀ ਹੈ ਅਰਬ ਕੰਟਰੀਆਂ ਦੇ ਵਿੱਚ ਫਰਾਈਡੇ ਸੈਚਰਡੇ ਫਰੀ ਹੈ ਅਤੇ ਸੰਡੇ ਨੂੰ ਉਹਨਾਂ ਦਾ ਵਰਕਿੰਗ ਡੇ ਹੈ ਪਰ ਉੱਥੇ ਲੋਕ ਬਹੁਤ ਜ਼ਿਆਦਾ ਇੰਜੋਏ ਕਰਦੇ ਨੇ ਤਾਂ ਹੁੰਦੀ ਹੈ ਕਿ ਸਾਡੇ ਵਤਨਾਂ ਤੋਂ ਕੋਈ ਵੀ ਸਿੰਗਰ ਆਇਆ ਕੋਈ ਵੀ ਸਪੋਰਟਸ ਵਾਲਾ ਆਇਆ ਕੋਈ ਵੀ ਖੇਡ ਪ੍ਰਮੋਟਰ ਆਇਆ ਉਹਨਾਂ ਨੂੰ ਤਾਂ ਹੁੰਦੀ ਹੈ ਵੀ ਸਾਡੇ ਵਤਨਾਂ ਤੋਂ ਇਹ ਆਇਆ ਕਿਉਂਕਿ ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਵੇ ਦਮਨ ਜਦ ਪੰਜਾਬੀ ਬੋਲਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਅਤੇ ਇੱਥੇ ਦੀ ਜਿਹੜੀ ਆਡੀਅੰਸ ਹੈ ਇਹ ਥੋੜ੍ਹਾ ਲਾਈਵ ਸੁਣ ਕੇ ਸਾਮ ਫੇਸ ਟੂ ਫੇਸ ਸੁਣ ਕੇ ਵੀ ਇਹ ਇੱਥੇ ਦੇ ਲੋਕ ਉਦੋਂ ਹੀ ਰਿਜ਼ਲਟ ਦੇ ਦਿੰਦੇ ਨੇ ਵੀ ਇਸ ਬੰਦੇ ਦੀ 33% ਤੋਂ ਨੰਬਰ ਜ਼ਿਆਦਾ ਆ ਕਿ ਇਹਨੂੰ ਪਾਸ ਕਰਨਾ ਕਿ ਇਹਦੀ ਕੰਪਾਰਟਮੈਂਟ ਦੇਣੇ ਕਿ ਇਹਨੂੰ ਮੈਰਿਟ 'ਤੇ ਲੈ ਕੇ ਆਉਣਾ ਜੀ ਬਿਲਕੁਲ ਤੁਹਾਨੂੰ ਪਿਆਰ ਕਿਹੜੀ ਆਡੀਅੰਸ ਜ਼ਿਆਦਾ ਕਰਦੀ ਇਹ ਮੈਨੂੰ ਉੱਧਰਲੇ ਵੀ ਭਰਾ ਇੱਧਰਲੇ ਵੀ ਭੈਣ ਭਰਾ ਸਾਰੇ ਮਾਂ ਪਿਓ ਉੱਧਰਲੇ ਵੀ ਉੱਧਰਲਾ ਨਾ ਖਾਸ ਇਹ ਹੁੰਦਾ ਕਿ ਉੱਥੇ ਜਹਾਜ਼ ਦੇ ਵਿੱਚ 3-4 ਜਹਾਜ਼ ਚੇਂਜ ਕਰਕੇ ਜਾਣਾ ਪੈਂਦਾ ਉਹਨਾਂ ਦਾ ਮੁਹੱਬਤ ਦੀਆਂ ਪੰਡਾਂ ਬਣ ਬਣ ਕੇ ਅਸੀਂ ਇੱਥੇ ਲੈ ਕੇ ਆਉਂਦੇ ਉਹ ਵਿਚਾਰੇ ਜਿਹੜੇ ਨੇ ਸਾਰੇ ਨੇ 12 ਵਰਸੀ ਉਹ 12 ਵਰਸਾਂ ਬਾਅਦ ਆਉਂਦੇ ਨੇ ਇੱਥੇ ਪਰ ਦੋਸਤੋ ਜਿੰਨੇ ਵੀ ਇੰਟਰਵਿਊ ਸੁਣ ਰਹੇ ਨੇ ਦੇਖ ਰਹੇ ਨੇ 12 ਵਰਸਾਂ ਬਾਅਦ ਨਹੀਂ ਸਾਲ ਦੀ ਸਾਲ ਗੇੜਾ ਮਾਰਦੇ ਰਿਹਾ ਕਰੋ ਜੀ ਬਿਲਕੁਲ ਅੱਗੇ ਤੁਸੀਂ ਸਾਡੀ ਆਡੀਅੰਸ ਲਈ ਕਿਹੜੇ ਕਿਹੜੇ ਪ੍ਰੋਜੈਕਟਸ ਨਵੇਂ ਲੈ ਕੇ ਆ ਰਹੇ ਦੋ ਗੀਤ ਮੇਰੇ ਡਿਊਟ ਹੈ ਉਹ ਬਹੁਤ ਹੀ ਸੁਰੀਲੀ ਫਨਕਾਰਾ ਪ੍ਰਵੀਨ ਭਾਟਾ ਜੀ ਦੇ ਨਾਲ ਉਹ ਮੈਂ ਬਹੁਤ ਜਲਦੀ ਵੀਡੀਓ ਕਰ ਰਿਹਾ ਲਾਂਚ ਕਰਾਂਗਾ ਹਾਂ ਇੱਕ ਹੁਣ ਮੈਂ ਇਟਲੀ ਪਿਛਲੇ ਹਫ਼ਤੇ ਮੈਂ ਇਟਲੀ ਦੇ ਸ਼ਹਿਰ ਬ੍ਰਿਸ਼ੀਆ ਦੇ ਵਿੱਚ ਸ਼ੂਟ ਕਰਕੇ ਆਇਆ ਨਾਗਣ ਗੀਤ ਦਾ ਨਾਗਣ ਹੈ ਅਤੇ ਜੱਸੇ ਫਤਿਹਪੁਰ ਉਹਨਾਂ ਦਾ ਦਲਜੀਤ ਭਾਅ ਜੀ ਉਹਨਾਂ ਦਾ ਮਿਊਜ਼ਿਕ ਹੈ ਅਮ੍ਰਿਤਾ ਜੀ ਥੋੜ੍ਹਾ ਸੁਣਾਵਾਂ ਬਿਲਕੁਲ ਸਰ ਜੇ ਤੂੰ ਨਾਗਾਂ ਦੀ ਭੈਣ ਕੁੜੇ ਤੇ ਸਾਨੂੰ ਲੋਕ ਸਪੇਰੇ ਕਹਿਣ ਕੁੜੇ ਉਹ ਤਾਬੇ ਨੀਓ ਆਈਆਂ ਜਿਹੜੀਆਂ ਕਹਿਣ ਕਦੇ ਨਾ ਮੁੜੀਆਂ ਅਸੀਂ ਕੀਲ ਪਟਾਰੀ ਅਸੀਂ ਕੀਲ ਪਟਾਰੀ ਪਾ ਲਈਏ ਨੀ ਹਾਏ ਤੇਰੇ ਵਰਗੀਆਂ ਕੁੜੀਆਂ ਅਸੀਂ ਕੀਲ ਪਟਾਰੀ ਪਾ ਲਈਏ ਨੀ ਹਾਏ ਤੇਰੇ ਵਰਗੀਆਂ ਕੁੜੀਆਂ ਇਹ ਗੀਤ ਹੈ ਨਾਗਣ ਉਹਦੇ ਚ ਸਪੇਰੇ ਦਾ ਰੋਲ ਮੈਂ ਅਦਾ ਕੀਤਾ ਤੇ ਨਾਗਣ ਫਿਰ ਦੇਖੋ ਜੀ ਜਾਂਦੇ ਹੋਏ ਸਾਡੇ ਦਰਸ਼ਕਾਂ ਲਈ ਸਾਡੇ ਯੂਥ ਲਈ ਕੋਈ ਮੈਸੇਜ ਯੂਥ ਅਤੇ ਦਰਸ਼ਕਾਂ ਲਈ ਮੈਸੇਜ ਇਹੀ ਹੈ ਕਿ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਪੰਜਾਬੀ 'ਚ ਗੱਲਬਾਤ ਕਰੋ ਕੋਈ ਵੀ ਜਿੱਥੇ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਹਾਂ ਹਿੰਦੀ ਵੀ ਸਾਡੀ ਰਾਸ਼ਟਰ ਭਾਸ਼ਾ ਹੈ ਅਤੇ ਜਿਹੜੀ ਅੰਗਰੇਜ਼ੀ ਹੈ ਉਹ ਸਾਡੀ ਇੰਟਰਨੈਸ਼ਨਲ ਲੈਂਗੁਏਜ ਹੈ ਪਰ ਪੰਜਾਬੀ ਜ਼ਰੂਰ ਕਿਉਂਕਿ ਭੁੱਲਣਾ ਨਹੀਂ ਉਹਨੇ ਜਿਹਨੇ ਬੋਲਣਾ ਸਿਖਾ ਲਿਆ ਜਿਹੜੀ ਮਾਂ ਨੇ ਮੈਨੂੰ ਲਾਡਾਂ ਚਾਵਾਂ ਨਾਲ ਪਾਲਿਆ ਕਿਸੇ ਦੀਆਂ ਚਾਲਾਂ ਵਿੱਚ ਫਸਣਾ ਕਦੇ ਨਹੀਂ ਭਾਵਾਂ ਅਮ੍ਰਿਤਾ ਜੀ
ਲੂੰਬੜੀ ਮਿਲੇ ਪਾਵਾਂ ਕਾਂ ਟੱਕਰੇ, ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਪਾਵਾਂ ਮੇਮ ਜਾਂ ਮੇਮ ਦੀ ਮਾਂ ਟੱਕਰੇ, ਅਸਾਂ ਤਾਂ ਪੰਜਾਬੀ। ਪਰ ਮੈਂ ਨਾਲ ਇਹ ਵੀ ਕਹਿੰਦਾ ਅਮ੍ਰਿਤਾ ਜੀ ਕਿ ਸਿੱਖੋ ਭਾਵਾਂ ਸਾਰੀਆਂ ਭਾਸ਼ਾਵਾਂ ਲੱਖ ਵਾਰ ਵਈ, ਉੱਥੇ ਬੋਲੋ ਜਿੱਥੇ ਉਹਦਾ ਬਣਦਾ ਆਧਾਰ ਵਈ, ਲੱਖ ਲਾਈਏ ਵਿਹੜੇ ਵਿੱਚ ਰਬੜਾਂ ਦੇ ਬੂਟੇ ਪਰ ਬੋੜਾਂ ਵਰਗੀ ਨਾ ਠੰਡੀ ਛਾਂ ਟੱਕਰੇ, ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਭਾਵਾਂ ਮੇਮ ਜਾਂ ਮੇਮ ਦੀ ਮਾਂ ਟੱਕਰੇ, ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਭਾਵਾਂ ਅੰਗਰੇਜ਼ ਅੰਗਰੇਜ਼ ਦਾ ਪੇਟ ਟੱਕਰੇ। ਜੀ ਬਿਲਕੁਲ, ਪੰਜਾਬੀਅਤ ਜ਼ਿੰਦਾਬਾਦ ਅਮ੍ਰਿਤਾ ਜੀ, ਪੰਜਾਬੀਅਤ ਜ਼ਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਜੀ, ਕਿਉਂਕਿ ਮੈਂ ਪੰਜਾਬੀ ਦਾ ਖਾਣਾ। ਬਿਲਕੁਲ ਬਿਲਕੁਲ ਦਲਵਿੰਦਰ ਜੀ, ਤੁਸੀਂ ਸਾਡੇ ਸ਼ੋਅ ਵਿੱਚ ਆਏ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਮ੍ਰਿਤਾ ਜੀ ਤੁਸੀਂ ਵੀ ਔਰ ਸਾਡੇ ਸਤਿਕਾਰਯੋਗ ਗਰੋਵਰ ਸਾਹਿਬ ਔਰ ਮਾਨਕ ਸਾਹਿਬ ਜਿਹੜੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਔਰ ਸਾਰੀ ਟੀਮ ਕੈਮਰਾਮੈਨ ਐਡੀਟਿੰਗ ਵਾਲੇ ਤੁਸੀਂ ਮੇਰੇ ਹੋਸਟ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਇਹ ਖਾਸ ਕਰਕੇ ਕਹਿੰਦਾ ਕਿ ਗਰਮੀ ਤੋਂ ਬਚਾ ਕੇ ਰਹੋ। ਸ਼ਰਾਬੀ ਕਰਨਾ ਦੇਵੇ ਕੋਈ ਖਰਾਬੀ, ਦਾਰੂ ਪੀ ਕੇ ਹੋਇਆ ਸ਼ਰਾਬੀ ਕਰਨਾ ਦੇਵੇ ਕੋਈ ਖਰਾਬੀ, ਨੱਚਦੇ ਦੇ ਤੇ ਪੈਰ ਥਿਰਕ ਕੇ ਨੱਚਦੇ ਦੇ ਦੇ, ਨੱਚਦੇ ਦੇ ਤੇ ਪੈਰ ਥਿਰਕ ਕੇ ਕਿਸੇ ਨਾਲ ਟਕਰਾ ਕੇ ਚੱਕਿਓ ਢੋਲ ਮੇਰਾ, ਚੱਕਿਓ ਢੋਲ ਮੇਰਾ, ਇੱਕ ਪਿਆ ਕੀੜਾ ਖਾ ਕੇ ਚੱਕਿਓ ਢੋਲ ਮੇਰਾ।